ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ ਅਤੇ ਤੁਸੀਂ ਦੇਖਦੇ ਪਏ ਜੀ ਮੇਰਾ ਡੀ ਪੀ ਸੀ ਪੰਜਾਬੀ ਅਤੇ ਡੀ ਪੀ ਸੀ ਪੰਜਾਬੀ 'ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਆ ਦੋਸਤੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 7 ਤਰੀਕ ਨੂੰ ਬਹੁਤ ਹੀ ਹੁੰਮ ਹਮਾ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹੱਲਾ ਚਾਹੀਆ ਤੋਂ ਗੁਰੂ ਨਾਭਾ ਦਾਸ ਜੀ ਦਾ ਜਿਹੜਾ ਆ ਜਨਮ ਦਿਹਾੜਾ ਮਨਾਇਆ ਜਾਂਦਾ ਆ। ਬਹੁਤ ਵੱਡੇ ਇਕੱਠ ਦਾ ਜਿਹੜਾ ਆ ਉੱਥੇ ਇਕੱਠ ਹੁੰਦਾ ਹੈ। ਬਹੁਤ ਜ਼ਿਆਦਾ ਸਾਡੇ ਮਹਾਸਾ ਬਰਾਦਰੀ ਦੇ ਅਤੇ ਬਹੁਤ ਸਾਰੇ ਹੋਰ ਵੀ ਜਿਹੜੇ ਹਿੰਦੂ ਧਰਮ ਨਾਲ ਰਿਲੇਟਡ ਲੋਕ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਜਾਂ ਇਸ ਜਿਹੜੀ ਸ਼ੋਭਾ ਯਾਤਰਾ ਦੇ ਵਿੱਚ ਸੰਮਿਲਿਤ ਹੁੰਦੇ ਨੇ। ਗੁਰੂ ਨਾਭਾ ਦਾਸ ਜੀ ਦਾ ਬਹੁਤ ਹੀ ਭਵਿ ਮੰਦਰ ਜਿਹੜਾ ਆ ਉਹ ਹੱਲੇ ਚਾਹੀਏ ਦੇ ਵਿੱਚ ਬਣਿਆ ਹੋਇਆ ਅਤੇ ਹੱਲੇ ਚਾਹੀਏ ਤੋਂ ਜਿਹੜਾ ਆ ਜ਼ਿਆਦਾਤਰ ਜਿਹੜਾ ਆ ਨਗਰ ਕੀਰਤਨ ਸਜਾਇਆ ਜਾਂਦਾ ਆ। ਬਹੁਤ ਸਾਰੇ ਲਾਗੇ ਲਾਗੇ ਦੇ ਪਿੰਡ ਵੀ ਜਿਹੜੇ ਆ ਹੱਲੇ ਚਾਹੀਏ ਜਾ ਕੇ ਹੀ ਉਸ ਨਗਰ ਕੀਰਤਨ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਜਿਹੜਾ ਆ ਸੰਮਿਲਿਤ ਹੁੰਦੇ ਨੇ। ਅਸੀਂ ਪਿਛਲੇ ਇੱਕ ਵੀਡੀਓ ਦੇ ਵਿੱਚ ਜੁੱਧਵੀਰ ਜੀ ਦਾ ਇੰਟਰਵਿਊ ਵੀ ਕੀਤਾ ਕਿ ਗੁਰੂ ਨਾਭਾ ਦਾਸ ਜੀ ਕੌਣ ਸੀ, ਕਿਸ ਤਰ੍ਹਾਂ ਸੀ, ਉਹਨਾਂ ਦੀ ਸਾਰੀ ਜਾਣਕਾਰੀ ਅਸੀਂ ਪਹਿਲਾਂ ਦੇ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਸ ਵੀਡੀਓ ਦੇ ਲਈ ਤੁਸੀਂ ਜਿਹੜਾ ਆ ਹੇਠਾਂ ਸਾਡੇ ਚੈਨਲ 'ਤੇ ਜਾ ਕੇ ਸਾਡੇ ਵੀਡੀਓ ਨੂੰ ਦੇਖ ਸਕਦੇ ਹੋ। ਸਾਡੇ ਚੈਨਲ ਦੇ ਉੱਤੇ ਵੀਡੀਓ ਜਿਹੜਾ ਆ ਉਹ ਪਿਆ ਹੋਇਆ ਅਤੇ ਨਾਲ ਦੀ ਨਾਲ ਤੁਸੀਂ ਉਸ ਚੈਨਲ 'ਤੇ ਜਾ ਕੇ ਸਾਡੇ ਐਂਡ ਸਕਰੀਨ 'ਚ ਵੀ ਉਸ ਵੀਡੀਓ ਨੂੰ ਵੇਖ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦਿੱਤਾ ਹੋਇਆ ਆ ਜਿਹੜਾ ਕਿ ਹੱਲੇ ਚਾਹੀਏ ਦੇ ਉੱਤੋਂ ਜਿਹੜਾ ਪ੍ਰੋਗਰਾਮ ਸਾਰਾ ਕੀਤਾ ਜਾਂਦਾ ਆ। ਕੁਝ ਦਿਨੀ ਪਹਿਲਾਂ ਸਾਨੂੰ ਇੱਕ ਜਾਣਕਾਰੀ ਮਿਲੀ ਕਿਉਂਕਿ ਬਹੁਤ ਸਾਰੇ ਬਾਬਾ ਨਾਭਾ ਦਾਸ ਜੀ ਦੇ ਮੰਦਰ ਨੇ ਜਿਨ੍ਹਾਂ ਦੇ ਵਿੱਚ ਬਾਬਾ ਨਾਭਾ ਦਾਸ ਜੀ ਦੀ ਇੱਕ ਮੂਰਤੀ ਦੇ ਰੂਪ ਦੇ ਵਿੱਚ ਜਿਹੜੀ ਮੂਰਤੀ ਲੱਗੀ ਹੋਈ ਹੈ, ਜਿਹੜੀ ਉਹਨਾਂ ਦੀ ਮੂਰਤ ਬਣਾਈ ਗਈ ਹੈ, ਉਹ ਬਿਨਾਂ ਵਾਲਾਂ ਤੋਂ, ਯਾਨੀ ਕਿ ਜੇ ਆਪਾਂ ਕਹਿ ਲਈਏ ਸ਼ੁੱਧ ਸ਼ਬਦਾਂ ਦੇ ਵਿੱਚ ਕਿ ਗੰਜੇ ਸਿਰ ਤੋਂ ਜਿਹੜਾ ਆ ਗੰਜੇ ਦਰਸਾਏ ਗਏ ਨੇ ਸਾਡੇ ਮਹਾਰਾਜ ਜਿਹੜੇ ਸ਼੍ਰੀ ਗੁਰੂ ਨਾਭਾ ਦਾਸ ਜੀ ਨੂੰ। ਬਹੁਤ ਸਾਰੀਆਂ ਮੂਰਤੀਆਂ ਜਿਹੜੀਆਂ ਨੇ ਉਹ ਗੰਜਿਆਂ ਵਾਲੀਆਂ ਜਾਂ ਫੋਟੋਆਂ ਜਿਹੜੀਆਂ ਨੇ ਉਹ ਬਿਨਾਂ ਵਾਲਾਂ ਤੋਂ ਗੰਜੇਪਨ ਦੇ ਵਿੱਚ ਜਿਹੜੀਆਂ ਮੂਰਤੀਆਂ ਜਾਂ ਫੋਟੋਆਂ ਦਿਖਾਈਆਂ ਗਈਆਂ ਨੇ। ਕੁਝ ਦਿਨ ਪਹਿਲਾਂ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਪਿੰਡ ਸੋਲ ਦੇ ਵਿੱਚ ਜਿਹੜਾ ਆ ਇੱਕ ਭਵੇ ਦਰਬਾਰ ਜਿਹੜਾ ਆ ਬਣਨ ਜਾ ਰਿਹਾ ਆ। ਮੈਂ ਇਸ ਟਾਈਮ ਪਿੰਡ ਸੋਲ ਜ਼ਿਲ੍ਹਾ ਗੁਰਦਾਸਪੁਰ, ਗੁਰਦਾਸਪੁਰ ਤੋਂ ਅੰਮ੍ਰਿਤਸਰ ਰੋਡ ਦੇ ਉੱਤੇ ਜਦੋਂ ਆਪਾਂ ਨਿਕਲਦੇ ਹਾਂ ਅਤੇ 7-8 ਕਿਲੋਮੀਟਰ ਚੱਲ ਕੇ ਪਿੰਡ ਸੋਲ ਆਉਂਦਾ, ਪਿੰਡ ਸੋਲ ਦੇ ਵਿੱਚ ਜਿਹੜਾ ਆ ਇੱਕ ਜਿਹੜਾ ਭਵੇ ਮੰਦਰ ਜਿਹੜਾ ਤਿਆਰ ਕੀਤਾ ਜਾ ਰਿਹਾ ਆ ਗੁਰੂ ਨਾਭਾ ਦਾਸ ਜੀ ਦਾ। ਉੱਥੇ ਦੱਸਿਆ ਗਿਆ ਸੀ ਕਿ ਇੱਕ ਮੂਰਤ ਲੱਗੀ ਹੋਈ ਹੈ ਜਿਹੜੀ ਕਿ ਬਾਬਾ ਨਾਭਾ ਦਾਸ ਜੀ ਦੀ ਵਾਲਾਂ ਵਾਲੀ ਤਸਵੀਰ ਹੈ, ਜਿਹਦੇ ਵਿੱਚ ਬਾਬਾ ਨਾਭਾ ਦਾਸ ਜੀ ਨੂੰ ਗੰਜਿਆ ਨਹੀਂ ਜਾਂ ਬਲਕਿ ਵਾਲਾਂ ਵਾਲੀ ਤਸਵੀਰ ਹੈ ਜਿਹੜੀ ਉਹ ਗੁਰੂ ਨਾਭਾ ਦਾਸ ਜੀ ਦੀ ਲੱਗੀ ਹੋਈ ਹੈ, ਉਹੀ ਦੇਖਣ ਦੇ ਵਾਸਤੇ ਅਤੇ ਦਿਖਾਉਣ ਦੇ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ। ਅਸਲ ਉਹ ਮੂਰਤ ਕੀ ਹੈਗੀ ਹੈ, ਕਿਸ ਤਰ੍ਹਾਂ ਹੈਗੀ ਹੈ, ਗੁਰੂ ਨਾਭਾ ਦਾਸ ਜੀ ਦਾ ਅਸਲੀ ਰੂਪ ਕੀ ਹੈਗਾ, ਇਹਦੇ 'ਤੇ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਆ। ਅੰਦਰ ਜਿਹੜਾ ਆ ਮਹੰਤ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਇਸ ਦੇ ਉੱਤੇ ਵਿਚਾਰ ਕਰਦੇ ਹਾਂ ਕਿ ਅਸਲ ਤਸਵੀਰ ਜਾਂ ਅਸਲ ਗੱਲਬਾਤ ਜਿਹੜੀ ਗੁਰੂ ਨਾਭਾ ਦਾਸ ਜੀ ਦੀ ਉਹ ਕੀ ਹੈਗੀ ਹੈ। ਮਹੰਤ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਹੋਰ ਵੀ ਇੱਥੇ ਸੰਗਤਾਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ। ਜੇਕਰ ਸਾਨੂੰ ਕੋਈ ਤੱਥ ਨਹੀਂ ਲੱਭਿਆ, ਜੇਕਰ ਤੁਸੀਂ ਇਹਦੇ 'ਤੇ ਕੋਈ ਟਿੱਪਣੀ ਜਾਂ ਕੋਈ ਸਵਾਲ ਜਾਂ ਜੇਕਰ ਤੁਹਾਨੂੰ ਇਸ ਚੀਜ਼ ਬਾਰੇ ਪਤਾ ਆ ਕਿ ਗੁਰੂ ਨਾਭਾ ਦਾਸ ਜੀ ਦੀ ਅਸਲ ਤਸਵੀਰ ਕੀ ਹੈ, ਅਤੇ ਉਹਦੇ ਵਾਸਤੇ ਤੁਸੀਂ ਜਿਹੜਾ ਆ ਕਮੈਂਟ ਕਰਕੇ ਆਪਣਾ ਸੁਝਾਉ ਦੇ ਸਕਦੇ ਹੋ। ਬਣੇ ਰਹੋ ਵੀਡੀਓ ਦੇ ਐਂਡ ਤੱਕ, ਅਤੇ ਆਓ ਮਹੰਤ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ, ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦੇ ਦਰਸ਼ਨ ਵੀ ਕਰਵਾਉਂਦੇ ਹਾਂ ਕਿ ਗੁਰੂ ਨਾਭਾ ਦਾਸ ਜੀ ਦੀ ਜਿਹੜੀ ਇੱਥੇ ਤਸਵੀਰ ਲੱਗੀ ਹੋਈ ਹੈ ਉਹਦੇ ਦਰਸ਼ਨ ਵੀ ਤੁਹਾਨੂੰ ਅੰਦਰ ਜਾ ਕੇ ਕਰਵਾਉਂਦੇ ਹਾਂ। ਅਤੇ ਦੋਸਤੋ ਇਸ ਟਾਈਮ ਅਸੀਂ ਦਰਬਾਰ ਦੇ ਵਿੱਚ ਆ ਚੁੱਕੇ ਹਾਂ, ਅਤੇ ਦਰਬਾਰ ਦੇ ਵਿੱਚ ਜਿਹੜੀ ਤਸਵੀਰ ਤੁਸੀਂ ਦੇਖਦੇ ਪਏ ਹੋ ਸ਼੍ਰੀ ਗੁਰੂ ਨਾਭਾ ਦਾਸ ਜੀ, ਜੋ ਕਿ ਮਹਾਸਾ ਬਰਾਦਰੀ ਦੇ ਉੱਚ ਕੋਟੀ ਦੇ ਗੁਰੂ ਹੋਏ ਨੇ, ਇਹ ਗੁਰੂ ਜਿਹੜੇ ਨੇ ਇਹਨਾਂ ਦੀਆਂ ਤਸਵੀਰਾਂ ਬਹੁਤ ਸਾਰੀਆਂ ਜਿਹੜੀਆਂ ਨੇ ਸਾਡੇ ਕੋਲ ਨੇ। ਬਹੁਤ ਸਾਰੇ ਮੰਦਰਾਂ ਦੇ ਵਿੱਚ, ਬਹੁਤ ਸਾਰੇ ਮੰਦਰ ਜਿਵੇਂ ਕਿ ਮੇਨ ਗੁਰਦਾਸਪੁਰ ਦਾ ਜਿਹੜਾ ਮੰਦਰ ਪ੍ਰਚਲਿਤ ਹੋ ਰਿਹਾ ਆ ਉਹ ਆ ਜੀ ਆਪਣਾ ਹੱਲੇ ਚਾਹੀਏ ਦਾ ਮੰਦਰ। ਹੱਲੇ ਚਾਹੀਏ ਦੇ ਵਿੱਚ ਬਹੁਤ ਭਵੇ ਮੰਦਰ ਬਣਾਇਆ ਗਿਆ ਆ।
ਜਿੱਥੇ ਕਿ ਅਸੀਂ ਜਦੋਂ ਦਰਸ਼ਨ ਕੀਤੇ, ਜਦੋਂ ਉੱਥੋਂ ਦੀ ਗੱਲਬਾਤ ਦੇਖੀ ਤਾਂ ਉੱਥੇ ਪਤਾ ਲੱਗਿਆ ਕਿ ਜਿਹੜੀ ਮੂਰਤੀ ਲੱਗੀ ਹੋਈ ਹੈ ਜਾਂ ਹੋਰ ਬਹੁਤ ਸਾਰੇ ਮੰਦਰਾਂ ਦੇ ਵਿੱਚ ਜਿਹੜੀਆਂ ਗੁਰੂ ਨਾਭਾਦਾਸ ਜੀ ਦੀਆਂ ਮੂਰਤੀਆਂ ਨੇ ਜਾਂ ਫੋਟੋਆਂ ਨੇ, ਉਹ ਸਿਰ ਤੋਂ ਬਿਨਾਂ ਵਾਲਾਂ ਵਾਲੀਆਂ ਤਸਵੀਰਾਂ ਨੇ। ਸਾਨੂੰ ਜਿਵੇਂ ਪਤਾ ਲੱਗਾ ਕਿ ਪਿੰਡ ਸੋਲ ਦੇ ਵਿੱਚ ਇੱਕ ਐਸਾ ਦਰਬਾਰ ਆ ਗੁਰੂ ਨਾਭਾਦਾਸ ਜੀ ਦਾ, ਜਿੱਥੇ ਕਿ ਉਹਨਾਂ ਦੇ ਜਿਹੜੀ ਵਾਲਾਂ ਵਾਲੀ ਤਸਵੀਰ ਆ, ਜਿਵੇਂ ਕਿ ਤੁਸੀਂ ਮੇਰੀ ਬੈਕ ਸਾਈਡ 'ਤੇ ਮਹਾਰਾਜ ਜੀ ਦੀ, ਗੁਰੂ ਮਹਾਰਾਜ ਜੀ ਦੀ ਤਸਵੀਰ ਦੇਖਦੇ ਪਏ ਹੋ, ਉਹ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਕਿ ਮਹਾਰਾਜ ਨੂੰ ਗੰਜਿਆ ਨਹੀਂ, ਵਾਲਾਂ ਵਾਲੀ ਤਸਵੀਰ ਜਿਹੜੀ ਇੱਥੇ ਲੱਗੀ ਹੋਈ ਹੈ। ਸਾਰੀ ਗੱਲਬਾਤ ਕਰ ਲੈਂਦੇ ਹਾਂ, ਸਾਡੇ ਨਾਲ ਮਹੰਤ ਜੀ ਨੇ, ਪਹਿਲਾਂ ਤਾਂ ਮਹੰਤ ਜੀ ਦਾ ਗੱਲਬਾਤ ਕਰ ਲੈਂਦੇ। ਮਹੰਤ ਜੀ, ਪਹਿਲਾਂ ਆਪਣਾ ਨਾਮ ਦੱਸੋ। ਰਾਜ ਕੁਮਾਰ। ਮਹੰਤ ਜੀ, ਤੁਸੀਂ ਇੱਥੇ ਕਦੋਂ ਤੋਂ ਸੇਵਾ ਕਰਦੇ? ਮੈਨੂੰ ਹੋ ਗਏ 4 ਸਾਲ ਇੱਥੇ ਆਏ ਨੂੰ। ਜਿਹੜਾ ਮੰਦਰ ਹੈ ਇਹ ਕਿੰਨੇ ਚਿਰ ਤੋਂ ਬਣਾਇਆ? ਇਹ 15-16 ਸਾਲ ਹੋ ਗਏ ਨੇ। ਹਾਂਜੀ, ਆਸਤਾ ਆਸਤਾ ਸਾਡੇ ਪਿੰਡ 'ਚੋਂ ਗ੍ਰਾਹੀ ਘੱਟ ਹੁੰਦੀ ਹੈ, ਇਸ ਕਰਕੇ ਦਿਹਾੜੀਦਾਰ ਬੰਦੇ ਨੇ ਅਤੇ ਕਮਜ਼ੋਰ ਨੇ, ਇਸ ਕਰਕੇ ਇਹਨੂੰ ਜ਼ਿਆਦਾ ਦੇਰ ਲੱਗਦੀ ਹੈ। ਅਤੇ ਹੁਣ ਤਾਂ ਫਿਰ ਵੀ ਕੁਛ ਬਣ ਗਿਆ, ਪਹਿਲੇ ਕੁਛ ਵੀ ਨਹੀਂ। ਇੱਥੇ ਮਿੱਟੀ ਬੜੀ ਪਾਉਣੀ ਪਈ ਹੈ, ਪੰਚਾਇਤ ਨੇ ਜਗ੍ਹਾ ਦਿੱਤੀ ਦੀ ਹੈ। ਇਹ ਹੈਗੀ ਹੈ ਛੱਪੜ ਦੀ ਜਗ੍ਹਾ ਅਤੇ ਸ਼ੰਭ ਅਸੀਂ ਕਿੰਨਾ ਹੀ ਪੂਰਿਆ। ਇੱਥੇ ਘੱਟੋ ਘੱਟ ਤਾਂ 60-70 ਲੱਖ ਦੀ ਤਾਂ ਮਿੱਟੀ ਪੈ ਗਈ ਹੈ, ਅਤੇ ਜੋ ਹੁਣ ਸਾਡੇ ਕੋਲ ਹੁੰਦਾ ਜਾਂਦਾ ਆਸਤੇ ਆਸਤੇ ਕਰਨੇ ਆ। 15-16 ਸਾਲ ਹੋ ਗਿਆ ਮੰਦਰ ਨੂੰ ਸਥਾਪਿਤ ਕੀਤੇ ਹੋਏ, ਅਤੇ ਦੱਸਿਆ ਜਾ ਰਿਹਾ ਕਿ ਪੰਚਾਇਤ ਨੇ ਬਹੁਤ ਵਧੀਆ ਹੈਲਪ ਕੀਤੀ, ਪੰਚਾਇਤ ਨੇ ਆਪਣਾ ਸੱਪੜੀ ਇਲਾਕਾ ਦੇ ਕੇ ਜਿਹੜਾ ਇਹਨਾਂ ਨੂੰ ਇਹ ਜਗ੍ਹਾ ਦਿੱਤੀ ਮੰਦਰ ਬਣਾਉਣ ਵਾਸਤੇ। ਆਪਣੇ ਜਿਹੜਾ ਸੋਲ ਪਿੰਡ ਦੇ ਵਿੱਚ ਮਹਾਸਾ ਬਰਾਦਰੀ ਦੇ ਕਿੰਨੇ ਕੁ ਘਰ? 20-25 ਘਰ ਨੇ। ਹਾਂਜੀ, ਦੇਖੋ ਜੀ, ਬਹੁਤ ਵੱਡੀ ਗੱਲ ਹੈ ਕਿ ਇੱਕ 20-25 ਘਰਾਂ ਦੇ ਵਿੱਚ ਰਹਿ ਕੇ ਵੀ ਜਿਹੜਾ ਆ ਮੰਦਰ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼, ਜਿਹੜੀ ਬਹੁਤ ਸੋਹਣੀ ਕੋਸ਼ਿਸ਼ ਆ, ਜਿਹੜਾ ਕਿ ਤੁਸੀਂ ਦੇਖਦੇ ਪਏ ਹੋ ਮੰਦਰ ਬਣਾਇਆ ਜਾ ਰਿਹਾ, ਅਤੇ ਮੰਦਰ ਦੀ ਜਿਹੜੀ ਹੈ ਪੈਰੋਕਾਰ ਜਿਹੜੀ ਜਿੰਨੀ ਵੀ ਕੀਤੀ ਜਾ ਰਹੀ ਹੈ ਉਹ ਮਹੰਤ ਜੀ ਹੋਣਾਂ ਵੱਲੋਂ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਵੀ ਗਰਾਈ ਕਰਕੇ ਜਿਹੜਾ ਆ ਇਸ ਮੰਦਰ ਨੂੰ ਬਣਾਇਆ ਜਾ ਰਿਹਾ ਆ, ਹਾਲਾਂਕਿ 25-30 ਘਰ ਨੇ ਉਹਨਾਂ ਦੇ ਵਿੱਚੋਂ ਗਰਾਈ ਹੁੰਦੀ ਹੈ ਜਾਂ ਹੋਰ ਸੰਗਤਾਂ ਜਿਹੜੀਆਂ ਨੇ ਨਾਲ ਦੀ ਨਾਲ ਲੱਗਦੇ ਹੱਥ ਗਰਾਈ ਦਿੰਦੀਆਂ ਨੇ। ਪਿੰਡ 'ਚ ਹੁੰਦੀ ਆ ਗਰਾਈ, ਸਾਰੇ ਪਿੰਡ 'ਚ ਹੁੰਦੀ ਆ, ਅਤੇ ਗਰਾਈ ਦਾ ਮਤਲਬ ਕਿ ਜਿੰਨੀ ਕੋਈ ਦਿੰਦਾ ਉਹ ਨਹੀਂ ਲੈਣੀ ਪੈਂਦੀ ਹੈ, ਕੋਈ ਕਿਸੇ ਨੂੰ ਜ਼ੋਰ ਦਾ ਜ਼ਬਰਦਸਤੀ ਨਹੀਂ, ਅਤੇ ਬਾਕੀ ਆਪਣੇ ਕੋਲੋਂ ਹੀ ਪਾਉਣੇ ਪੈਂਦੇ ਨੇ। ਜੋ ਹੋਵੇ ਅਸੀਂ ਸ਼੍ਰੀ ਗੁਰੂ ਨਾਭਾਦਾਸ ਦੀ ਸੇਵਾ 'ਚ ਲੱਗੇ ਹਾਂ। ਅਤੇ ਜਿਹੜਾ ਗੁਰੂ ਨਾਭਾਦਾਸ ਜੀ ਦਾ ਜਨਮ ਦਿਹਾੜਾ ਆ ਉਹ ਇੱਥੇ ਥੋੜ੍ਹਾ ਬਹੁਤਾ ਪ੍ਰੋਗਰਾਮ ਕਰਦੇ? ਹਾਂਜੀ, 8 ਤਰੀਕ ਨੂੰ ਇੱਥੇ ਲੰਗਰ ਹੁੰਦਾ, ਕੀਰਤਨ ਵੀ ਹੁੰਦਾ, ਸਭ ਕੁਛ ਹੁੰਦਾ ਇੱਥੇ। ਹਾਂਜੀ, ਸ਼ੋਭਾ ਯਾਤਰਾ ਵਾਸਤੇ? ਸ਼ੋਭਾ ਯਾਤਰਾ ਵਾਸਤੇ ਅਸੀਂ ਪਠਾਨਕੋਟ ਉੱਥੇ ਗੁਰਦਾਸਪੁਰ ਹੀ ਜਾਂਦੇ ਹਾਂ, ਹੱਲੇ 'ਚ ਆਈਏ। ਬਹੁਤ ਵਧੀਆ ਗੱਲ ਹੈ ਜੀ, ਇਹ ਵੀ ਜਿਹੜੇ ਨੇ ਹੱਲੇ 'ਚ ਆਈਏ ਜਾਂਦੇ ਨੇ ਸ਼ੋਭਾ ਯਾਤਰਾ, ਕਿਉਂਕਿ ਬਹੁਤ ਵੱਡੇ ਇਕੱਠ ਦੇ ਨਾਲ ਜਿਹੜੀ ਹੱਲੇ 'ਚ ਆਈਏ ਤੋਂ ਸ਼ੋਭਾ ਯਾਤਰਾ ਗੁਰੂ ਨਾਭਾਦਾਸ ਜੀ ਦੇ ਜਨਮ ਦਿਹਾੜੇ 'ਤੇ ਕੱਢੀ ਜਾਂਦੀ। ਤੁਹਾਨੂੰ ਦੱਸ ਦਈਏ ਕਿ ਇਸ ਵਾਰੀ ਵੀ 7 ਤਰੀਕ ਨੂੰ ਜਿਹੜੀ ਹੱਲੇ 'ਚ ਆਈਏ ਤੋਂ ਇੱਕ ਭਵੇ ਸ਼ੋਭਾ ਯਾਤਰਾ ਜਿਹੜੀ ਗੁਰੂ ਨਾਭਾਦਾਸ ਜੀ ਦੇ ਲਈ ਕੱਢੀ ਜਾ ਰਹੀ ਹੈ, ਅਤੇ ਹੱਲੇ 'ਚ ਆਈਏ ਜੇਕਰ ਤੁਸੀਂ ਵੀ ਉਹ ਸ਼ੋਭਾ ਯਾਤਰਾ ਦੇ ਵਿੱਚ ਨਤਮਸਤਕ ਹੋਣਾ ਚਾਹੁੰਦੇ ਹੋ, ਸ਼ੋਭਾ ਯਾਤਰਾ 'ਚ ਸ਼ਾਮਿਲ ਹੋਣਾ ਚਾਹੁੰਦੇ ਹੋ, ਤਾਂ ਪਿੰਡ ਹੱਲੇ 'ਚ ਆਈਏ ਜਾ ਕੇ ਸ਼ੋਭਾ ਯਾਤਰਾ 'ਚ ਜਾ ਸਕਦੇ ਹੋ। ਜੇਕਰ ਤੁਸੀਂ ਸੋਲ ਦੇ ਨੇੜੇ ਤੇੜੇ ਹੋ ਤਾਂ ਫਿਰ ਤੁਸੀਂ 16 ਦੇ ਵਿੱਚ ਜਿਹੜਾ ਗੁਰੂ ਨਾਭਾਦਾਸ ਜੀ ਦਾ ਇਹ ਮੰਦਰ ਆ ਇੱਥੇ ਆ ਕੇ ਵੀ ਤੁਸੀਂ ਨਤਮਸਤਕ ਹੋ ਸਕਦੇ ਹੋ। ਆਲੇ ਦੁਆਲੇ ਤੋਂ ਜੇਕਰ ਤੁਸੀਂ ਮਹਾਸਾ ਬਰਾਦਰੀ ਨਾਲ ਸੰਬੰਧਿਤ ਹੋ ਤਾਂ ਗੁਰੂ ਨਾਭਾਦਾਸ ਜੀ ਦਾ ਤੁਹਾਡੇ ਲਾਗੇ ਜਾ ਕੇ ਕੋਈ ਮੰਦਰ ਨਹੀਂ ਆ, ਅਤੇ 16 ਦੇ ਵਿੱਚ ਵੀ ਆ ਕੇ ਤੁਸੀਂ ਇਹਨਾਂ ਦਾ ਸਹਿਯੋਗ ਦੇ ਸਕਦੇ ਹੋ, ਇਹਨਾਂ ਦੇ ਨਾਲ ਇਸ ਮੰਦਰ ਨੂੰ ਵੀ ਉੱਚਾ ਕਰਨ ਦੇ ਲਈ ਤੁਸੀਂ ਜਿਹੜਾ ਆ ਆਪਣਾ ਸਹਿਯੋਗ ਦੇ ਸਕਦੇ ਹੋ। ਅਤੇ ਇਸ ਟਾਈਮ ਮਹੰਤ ਜੀ ਨਾਲ ਗੱਲ ਕਰ ਲੈਂਦੇ। ਮਹੰਤ ਜੀ, ਜਿਹੜੀ ਗੱਲ ਅਸੀਂ ਅੱਜ ਦੇਖਣ ਆਏ ਹਾਂ, ਤੁਸੀਂ ਵੀ ਹੱਲੇ 'ਚ ਆਈਏ ਜਾਂਦੇ ਹੋ, ਹੋਰ ਵੀ ਕਈ ਮੰਦਰ ਦੇਖੇ ਹੋਣਗੇ ਜ਼ਰੂਰ, ਉੱਥੇ ਜਿਹੜੀ ਇਹ ਗੁਰੂ ਮਹਾਰਾਜ ਦੀ ਜਿਹੜੀ ਤਸਵੀਰ ਆ ਉਹ ਗੰਜੇ ਪਾਉਂਦੀ ਹੈ? ਗੰਜੀ ਆ, ਸਿਰੋਂ ਗੰਜੀ ਨਹੀਂ ਹੋਣੀ ਚਾਹੀਦੀ, ਸਿਰ 'ਤੇ ਵਾਲ ਹੋਣੇ ਚਾਹੀਦੇ ਨੇ। ਕੋਈ ਵੀ ਮੰਤ ਸੰਤ ਮਹਾਤਮਾ ਉਹਦੇ ਸਿਰ 'ਤੇ ਕੇਸ ਹੁੰਦੇ ਹੀ ਹੁੰਦੇ ਨੇ। ਇਹ ਗੰਜਾ ਨਹੀਂ ਸੀ,
ਇਹ ਆਪਣੀ ਮਨਮਰਜ਼ੀ ਨੇ ਜੋ ਮਰਜ਼ੀ ਬਣਾ ਲੈਣ, ਮਹਾਤਮਾ ਦੇ ਸਿਰ 'ਤੇ ਕੇਸ ਹੁੰਦੇ ਹੀ ਹੁੰਦੇ ਨੇ। ਅਸੀਂ ਇਹ ਨਹੀਂ ਕਹਾਂਗੇ ਵੀ ਇਹ ਗੰਜੇ ਨੇ, ਗੰਜੀ ਫੋਟੋ ਚੰਗੀ ਨਹੀਂ ਲੱਗਦੀ ਪਹਿਲੀ ਤਾਂ ਗੱਲ, ਅਤੇ ਮਹਾਤਮਾ ਜਿਹੜੇ ਨੇ ਉਹ ਵੈਸੇ ਹੀ ਕੇਸ ਰੱਖਦੇ ਹੀ ਰੱਖਦੇ ਨੇ। ਇਹ ਇਹਨਾਂ ਦੀ ਗਲਤੀ ਹੈ ਜਿਹੜੇ ਸਿਰ ਤੋਂ ਗੰਜੇ ਲਿਆਉਂਦੇ ਨੇ, ਫੋਟੋ ਬਣਾਉਂਦੇ ਨੇ। ਇਹਦੇ 'ਚ ਕੀ ਸਾਡੇ ਜਿਹੜੇ ਪੈਰੋਕਾਰ ਨੇ ਜਾਂ ਜਿਹੜੇ ਸਾਡੇ ਉੱਚ ਕੋਟੀ ਦੇ ਪ੍ਰਧਾਨ ਨੇ, ਉਹਨਾਂ ਨੇ ਇਸ ਗੱਲ ਦਾ ਧਿਆਨ ਕਿਉਂ ਨਹੀਂ ਰੱਖਿਆ? ਵੇਖੋ ਜੀ, ਇਹ ਤਾਂ ਕਈ ਨਹੀਂ ਰੱਖਦੇ, ਸਾਡੇ ਜਿਹੜੇ ਇੱਥੋਂ ਦੇ ਨੇ ਉਹ ਰੱਖਦੇ ਨੇ। ਇਹ ਪਹਿਲੀ ਫੋਟੋ ਹੀ ਹੈ, ਅਜੇ ਹੀ ਇਹਨੂੰ ਬੜੀ ਕਰਨਾ। ਇਹ ਪਹਿਲੀ ਫੋਟੋ ਹੀ ਆ, ਇਹਨਾਂ ਨੇ ਵਾਲਾਂ ਵਾਲੀ ਲਿਆਂਦੀ ਦੀ ਆ। ਅਸੀਂ ਪਿਛਲੇ ਸਾਲ ਗਏ ਸੀ ਤਾਂ ਉੱਥੇ ਗੰਜੀ ਫੋਟੋ ਆਈ ਦੀ ਸੀ ਟਰਾਲੀ ਦੇ ਵਿੱਚ, ਉਹ ਸਾਡੇ ਵਾਕਫ ਨਹੀਂ, ਪ੍ਰਧਾਨ ਹੀ ਗੱਲ ਕਰਦੇ ਨੇ, ਮੈਂ ਤਾਂ ਘੱਟ ਹੀ ਗੱਲ ਕਰਨਾ, ਮੈਂ ਤਾਂ ਇੱਥੋਂ ਦਾ ਹੀ ਕੰਮ ਕਰਨਾ ਜਿਹੜਾ ਕਰਨਾ ਹੁੰਦਾ। ਅਤੇ ਉਹ ਉਹਨਾਂ ਨੂੰ ਵੀ ਸਮਝਾਇਆ ਜਾਣਾ ਚਾਹੀਦਾ ਕਿ ਗੰਜੀ ਫੋਟੋ ਨਹੀਂ ਹੋਣੀ ਚਾਹੀਦੀ। ਮਹਾਤਮਾ ਨੇ ਸਦੀਆਂ ਤੋਂ ਲੈ ਕੇ ਸ਼ਕਤੀ ਵਾਲੇ ਨੇ, ਅਤੇ ਇਹਨਾਂ ਦੀ ਗੰਜੀ ਫੋਟੋ ਕਿਉਂ ਹੋਵੇ? ਮੰਨਣਯੋਗ ਹੋਣੀ ਚੀਜ਼ ਜਿਹੜੀ ਆ ਉਹ ਸਿਰ ਤੋਂ ਗੰਜੀ ਮਹਾਤਮਾ ਹੁੰਦੇ ਹੀ ਨਹੀਂ, ਇਹ ਗਲਤੀ ਆ ਉਹਨਾਂ ਦੀ। ਕੇਸ ਵਾਲੀ ਫੋਟੋ ਹੋਣੀ ਚਾਹੀਦੀ ਹੈ, ਸੋਹਣੀ ਸੁੰਦਰ ਲੱਗਦੀ ਹੈ, ਗੰਜੀ ਕਦੇ ਫੋਟੋ ਚੰਗੀ ਨਹੀਂ ਲੱਗਦੀ। ਇੱਕ ਜਿਹੜਾ ਆ ਮਹਾਰਾਜ ਜੀ ਦਾ ਜਿਹੜਾ ਸਰੂਪ ਆ, ਉਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਮਹਾਰਾਜ ਸ਼ੁਰੂ ਤੋਂ ਹੀ ਬਗੈਰ ਅੱਖਾਂ ਤੋਂ ਸੀ, ਇਹਦੇ 'ਤੇ ਕੀ ਕਹਿਣਾ ਚਾਹੋਗੇ? ਇਹ ਜੀ, ਇਹਦੇ ਬਾਰੇ ਮੈਨੂੰ ਖਾਸ ਪਤਾ ਨਹੀਂ, ਮੈਨੂੰ ਸਿਰਫ ਜਿੰਨਾ ਕੁ ਪਤਾ ਲੱਗਾ ਮੈਂ ਉਹਨੀ ਕੁ ਗੱਲ ਦੱਸਣਾ ਕਿ ਕਾਲ ਪੈ ਗਿਆ ਸੀ ਅਤੇ ਇਹਨਾਂ ਦੀ ਮਾਤਾ ਜਿਹੜੀ ਸੀ ਉਹ ਚੁੱਕ ਕੇ ਤੁਰੀ ਜਾ ਰਹੀ ਸੀ, ਇਹਨੂੰ ਬਾਲ ਗਈ ਜੰਗਲ ਦੇ ਕਿਨਾਰੇ, ਕਿਨਾਰੇ ਦਾ ਵਿੱਚ ਬਿਠਾ ਗਈ ਅਤੇ ਮੈਂ ਆਈ ਹਾਂ ਤੇਰੇ ਜੋਗਾ ਕੁਛ ਖਾਣ ਨੂੰ ਲਿਆਉਂਦੀ ਹਾਂ। ਉਹ ਮੁੜ ਕੇ ਆਈ ਨਹੀਂ, 5-6 ਸਾਲ ਦਾ ਹੋਏਗਾ, ਭਾਰਾ ਹੋਏਗਾ, ਨਹੀਂ ਚੁੱਕਿਆ ਗਿਆ। ਉਹ ਲੈਣ ਗਈ, ਮੁੜ ਕੇ ਵਾਪਸ ਨਹੀਂ ਆਏ, ਅਤੇ ਇਹ ਸ਼ੁਰੂ ਤੋਂ ਬਚਪਨ ਹੀ ਇਹਨਾਂ ਦਾ ਇੱਦਾਂ ਦਾ। ਇਹਨਾਂ ਨੂੰ 4 ਮਹਾਤਮਾ ਆਏ, ਇਹਨਾਂ ਨੂੰ 4-5 ਸਵਾਲ ਪੁੱਛੇ ਉਹਨਾਂ ਨੇ, ਇਹਨਾਂ ਦਾ ਜਿਹੜਾ ਬੋਲਚਾਲ ਸੀ ਇਹਨਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਸਹੀ ਦਿੱਤੇ, ਅਤੇ ਉਹਨਾਂ ਇਹਨਾਂ ਨੂੰ ਨਾਲ ਹੀ ਲੱਲਿਆ। ਇਹ ਅੱਖਾਂ ਵਾਲੇ ਨਹੀਂ ਸੀ, ਉਹਨਾਂ ਨੇ ਛੱਟਾਂ ਮਾਰਿਆ ਇਹਨਾਂ ਦੀਆਂ ਅੱਖਾਂ 'ਤੇ, ਇਹਨਾਂ ਦੀਆਂ ਅੱਖਾਂ ਨੂੰ ਰੋਸ਼ਨੀ ਆ ਗਈ, ਫਿਰ ਉਹ ਨਾਲ ਹੀ ਲੈ ਗਏ। ਉਸ ਤੋਂ ਬਾਅਦ ਉਹ ਕੁਛ ਦਿਨਾਂ ਬਾਅਦ ਜਾ ਕੇ ਆਪਣੇ ਸਥਾਨ 'ਤੇ ਉਹ ਬੰਦਗੀ 'ਤੇ ਬਹਿ ਗਏ। ਇਹ ਪੱਖਾ ਝੋਲਦਾ ਪਿਆ ਸੀ ਉਹਨਾਂ ਨੂੰ, ਸ਼੍ਰੀ ਗੁਰੂ ਨਾਭਾਦਾਸ ਜੀ ਉਹਨਾਂ ਨੂੰ ਗੁਰੂ ਸਮਝ ਕੇ ਪੱਖਾ ਝੋਲ ਰਿਹਾ, ਕਿਉਂਕਿ ਨਾਮਦਾਨ ਦਿੱਤਾ ਸੀ ਉਹਨਾਂ ਨੇ, ਪੱਖਾ ਝੋਲਦਾ ਪਿਆ ਸੀ। ਅਤੇ ਫਿਰ ਉਹਨਾਂ ਦੇ ਭਗਤਾਂ ਦਾ ਕੋਈ ਸਮੁੰਦਰ ਵਿੱਚ ਬੇੜਾ ਸੀ, ਉਹ ਡੁੱਬਦਾ ਜਾ ਰਿਹਾ ਸੀ, ਉਹਨੇ ਪੱਖੇ ਨਾਲ ਪਿੱਛੇ ਜਹਾਜ਼ ਜਿਹੜੇ ਸਮੁੰਦਰ 'ਚ ਚੱਲਦੇ ਸੀ ਨਾ, ਉਹ ਹਵਾ ਨਾਲ ਹੀ ਚੱਲਦੇ ਸੀ। ਉੱਥੇ ਕੱਪੜੇ ਬੱਧੇ ਹੁੰਦੇ ਸੀ ਜਾਂ ਤਰਪਾਲਾਂ ਲਾਈਆਂ ਹੁੰਦੀਆਂ, ਤਾਂ ਹਵਾ ਹੀ ਉਹਨਾਂ ਨੂੰ ਕਿਨਾਰੇ ਲਗਾਉਂਦੀ ਸੀ, ਹੁਣ ਤਾਂ ਈਂਣ ਵਾਲੇ ਹੋ ਗਏ ਨੇ, ਉਦੋਂ ਹਵਾ ਹੀ ਲਾਉਂਦੀ ਸੀ। ਇਹਨੇ ਉਹ ਪੱਖਾ ਝੋਲ ਝੋਲ ਕੇ ਹੀ ਉਹਨਾਂ ਦੇ ਭਗਤਾਂ ਦਾ, ਆਪਣੇ ਗੁਰੂ ਦੇ ਭਗਤ ਸੀ ਜਿਹੜੇ, ਉਹਨਾਂ ਦਾ ਬੇੜਾ ਪਾਰ ਕਰ ਦਿੱਤਾ। ਉਦੋਂ ਦੀ ਇਹਨਾਂ ਦੀ ਮਾਨਤਾ ਹੁੰਦੀ ਹੈ, ਉਹਨਾਂ ਵੀ ਸੋਚਿਆ ਕਿ ਇਹਨੂੰ ਨਾਲ ਹੀ ਲੈ ਚਲੋ, ਇਹ ਕੋਈ ਸਧਾਰਨ ਬੱਚਾ ਨਹੀਂ ਹੈ। ਇਸ ਕਰਕੇ ਕੋਈ ਜਾਣਦਾ ਹੀ ਨਹੀਂ ਸੀ ਪਹਿਲੇ ਵੀ ਇਹ ਹੈ ਕੌਣ। ਜਦੋਂ ਫਿਰ ਕੰਪਟੀਸ਼ਨ ਹੋਈ ਕਿਤੇ, ਅਤੇ ਇਹਦਾ ਪਤਾ ਚੱਲਿਆ ਵੀ ਸਾਡਾ ਗੁਰੂ ਹੈ, ਅਤੇ ਇਹਦਾ ਮਹਾਰਾਸ਼ਟਰ 'ਚ ਮੰਦਰ ਆ, ਸਾਡੇ ਇੱਧਰ ਕਿਸੇ ਨੂੰ ਪਤਾ ਨਹੀਂ ਸੀ। ਉੱਧਰੋਂ ਫੌਜੀ ਆਉਂਦੇ ਨੇ ਅਤੇ ਦੱਸਦੇ ਨੇ ਵੀ ਨਾਭਾਦਾਸ ਦਾ ਮੰਦਰ ਉੱਥੇ ਆ, ਜਿੱਥੇ ਕੋਈ ਮਾੜਾ ਮੋਟਾ ਬੰਦਾ ਨਹੀਂ ਸੀ ਜਾਣ ਦਿੰਦੇ। ਇਹਦੀ ਮਾਨਤਾ ਬਹੁਤ ਸੀ, ਉੱਧਰ ਹੈ ਵੀ ਸ਼ਕਤੀ ਵਾਲੇ ਨੇ। ਹਾਂਜੀ, ਬਹੁਤ ਵਧੀਆ ਗੱਲ ਹੈ ਜੀ। ਜਿਵੇਂ ਜੀ ਮੰਤ ਜੀ ਨੇ ਦੱਸਿਆ ਕਿ ਗੁਰੂ ਨਾਭਾਦਾਸ ਜੀ ਦਾ ਜਿਹੜਾ ਸਭ ਤੋਂ ਭਵੇ ਮੰਦਰ ਆ ਉਹ ਹੈਗਾ ਆ ਜੀ ਮਹਾਰਾਸ਼ਟਰ ਦੇ ਵਿੱਚ, ਜਿੱਥੇ ਕਿ ਗੁਰੂ ਨਾਭਾਦਾਸ ਜੀ ਦੀ ਬਹੁਤ ਜ਼ਿਆਦਾ ਮਾਨਤਾ ਕੀਤੀ ਜਾਂਦੀ ਹੈ, ਮੰਨਿਆ ਜਾਂਦਾ ਆ ਗੁਰੂ ਨਾਭਾਦਾਸ ਜੀ ਨੂੰ। ਪਰ
ਪੰਜਾਬ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਗਿਆਨ ਸੀ, ਪਰ ਜਦੋਂ ਗਿਆਨ ਹੋਇਆ ਵੀ ਗੁਰੂ ਨਾਭਾਦਾਸ ਜੀ ਜਿਹੜੇ ਆ ਮਹਾਸਾ ਬਰਾਦਰੀ ਦੇ ਉੱਚ ਗੁਰੂ ਹੋਏ ਨੇ, ਅਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਆ ਗੁਰੂ ਜੀ ਦੀਆਂ ਤਸਵੀਰਾਂ, ਗੁਰੂ ਜੀ ਦੀਆਂ ਫੋਟੋਆਂ ਲਗਾ ਕੇ ਮੰਦਰ ਬਣਾਉਣੇ ਸ਼ੁਰੂ ਕਰ ਦਿੱਤੇ। ਤਾਂ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਆ, ਜਾਂ ਪੰਜਾਬ ਦੇ ਵਿੱਚ ਲਗਾ ਲਓ ਕਿ ਸਭ ਤੋਂ ਪਹਿਲਾਂ ਜਿਹੜਾ ਆ ਮੰਦਰ ਹੱਲੇ ਚਾਈ ਇਹਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਸੰਗਤਾਂ ਦੇ ਵੱਲੋਂ, ਉਸ ਮੰਦਰ ਨੂੰ ਜਿਹੜਾ ਆ ਬਣਾ ਦਿੱਤਾ ਗਿਆ। ਅਤੇ ਹੌਲੀ ਹੌਲੀ ਜਿਹੜਾ ਜਦੋਂ ਗੁਰੂ ਨਾਭਾਦਾਸ ਜੀ ਦਾ ਪ੍ਰਚਾਰ ਵਧਣਾ ਸ਼ੁਰੂ ਹੋ ਗਿਆ, ਅਤੇ ਕਈ ਪਿੰਡਾਂ ਕਈ ਸ਼ਹਿਰਾਂ ਦੇ ਵਿੱਚ ਗੁਰੂ ਨਾਭਾਦਾਸ ਜੀ ਦੇ ਮੰਦਰ ਜਿਹੜੇ ਆ ਬਣਨੇ ਸ਼ੁਰੂ ਹੋ ਚੁੱਕੇ। ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਹੀ ਨਹੀਂ, ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਗੁਰੂ ਨਾਭਾਦਾਸ ਜੀ ਦੇ ਮੰਦਰ ਬਣ ਚੁੱਕੇ ਨੇ, ਜਿੱਥੇ ਬਹੁਤ ਜ਼ਿਆਦਾ ਮਾਨਤਾ ਆ। ਪਰ ਜਿਹੜੀ ਗੱਲ ਅੱਜ ਅਸੀਂ ਵਿਆਹੁਣ ਆਏ ਸੀ, ਜਿਹੜੀ ਗੱਲ ਅੱਜ ਅਸੀਂ ਪੁੱਛਣ ਆਏ ਸੀ ਵੀ ਗੁਰੂ ਨਾਭਾਦਾਸ ਜੀ ਗੰਜੇ ਕਿਉਂ ਦਿਖਾਏ ਜਾਂਦੇ ਨੇ, ਮਹੰਤ ਜੀ ਨੇ ਕਿਹਾ ਵੀ ਬਹੁਤ ਮਾੜੀ ਗੱਲ ਆ ਕਿ ਮਹੰਤ ਜੀ ਨੇ ਜਿਹੜੀ ਗੱਲ ਕਹੀ ਹੈ ਵੀ ਬਹੁਤ ਬੁਰੀ ਗੱਲ ਆ ਕਿ ਗੁਰੂ ਜੀ ਨੂੰ ਜਿਹੜਾ ਆ ਸਿਰ ਤੋਂ ਬਿਨਾਂ ਵਾਲਾਂ ਤੋਂ ਦਿਖਾਉਣਾ, ਗੁਰੂ ਜੀ ਨੂੰ ਜਿਹੜਾ ਆ ਗੰਜੇਪਨ ਦੇ ਵਿੱਚ ਦਿਖਾਉਣਾ ਇਹ ਪਾਪ ਆ। ਜਿਹੜੀ ਗੱਲ ਇਹਨਾਂ ਨੇ ਕਹੀ ਵੀ ਪਾਪ ਕਿਉਂ, ਕਿਉਂਕਿ ਜਿੰਨੇ ਵੀ ਸੰਤ ਹੋਏ ਨੇ ਉੱਚ ਕੋਟੀ ਦੇ ਵਾਲ ਹੋਏ ਨੇ, ਵਾਲਾਂ ਵਾਲੀ ਸ਼ਕਤੀ, ਕਿਉਂਕਿ ਵਾਲ ਕਟਾਏ ਨਹੀਂ ਜਾਂਦੇ ਸੀ, ਭਗਤੀਆਂ ਕੀਤੀਆਂ ਜਾਂਦੀਆਂ ਸੀ, ਅਤੇ ਵਾਲ ਜਿਹੜੇ ਆ ਬੜੇ ਬੜੇ ਵੱਡੇ ਹੋ ਜਾਂਦੇ ਸੀ, ਅਤੇ ਫਿਰ ਅਸੀਂ ਆਪਣੇ ਗੁਰੂ ਮਹਾਰਾਜ ਨੂੰ ਗੰਜਾ ਕਿਉਂ ਵਿਖਾਉਂਦੇ ਹਾਂ। ਮੈਂ ਤਾਂ ਇਹੀ ਕਹਾਂਗਾ ਕਿ ਜਿੰਨੇ ਵੀ ਸਾਡੇ ਮੰਦਰ ਨੇ ਗੁਰੂ ਨਾਭਾਦਾਸ ਜੀ ਦੇ, ਉਹਨਾਂ ਦੇ ਵਿੱਚ ਮੂਰਤੀਆਂ ਜਾਂ ਫੋਟੋਆਂ ਜਿੰਨੀਆਂ ਵੀ ਨੇ ਉਹ ਵਾਲਾਂ ਵਾਲੀਆਂ ਹੀ ਹੋਣੀਆਂ ਚਾਹੀਦੀਆਂ, ਕਿਉਂਕਿ ਬਹੁਤ ਸੋਹਣੀਆਂ ਫੋਟੋਆਂ ਲੱਗਦੀਆਂ ਨੇ। ਤੁਸੀਂ ਮੇਰੀ ਬੈਕ ਸਾਈਡ 'ਤੇ ਵੀ ਦੇਖਦੇ ਪਏ ਹੋ ਕਿ ਗੁਰੂ ਨਾਭਾਦਾਸ ਜੀ ਦੀ ਜਿਹੜੀ ਇਹ ਤਸਵੀਰ ਆ ਵਾਲਾਂ ਵਾਲੀ ਤਸਵੀਰ ਬਹੁਤ ਹੀ ਸੋਹਣੀ ਅਤੇ ਭਵੇ ਲੱਗ ਰਹੀ ਹੈ, ਬਹੁਤ ਸੋਹਣੇ ਲੱਗ ਰਹੇ ਨੇ। ਅਤੇ ਮਹੰਤ ਜੀ ਸਾਡੇ ਗੁਰਦਾਸਪੁਰ 'ਚੋਂ ਜਦੋਂ ਮੈਂ ਜੁੱਧਵੀਰ ਜੀ ਹੋਣਾਂ ਦੀ ਇੰਟਰਵਿਊ ਕੀਤੀ, ਉਹਨਾਂ ਤੋਂ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ, ਅਤੇ ਤੁਸੀਂ ਦੇਖੀ ਹੋਣੀ ਉਹ, ਅਤੇ ਉਹ ਜਦੋਂ ਆਪਾਂ ਕੀਤੀ ਅਤੇ ਉਹ ਬੜੀ ਦੁਨੀਆ ਨੇ ਵੇਖੀ, ਫਿਰ ਸਾਨੂੰ ਜੰਮੂ ਤੋਂ, ਫਿਰ ਸਾਨੂੰ ਮਕੇਰੀਆਂ ਤੋਂ ਬਹੁਤ ਸਾਰੇ ਜਿਹੜੇ ਸਾਡੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਸੂਝਵਾਨ ਮਹਾਸਾ ਬਰਾਦਰੀ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਸੋਲ ਜਾਓ, ਉੱਥੇ ਗੁਰੂ ਨਾਭਾਦਾਸ ਜੀ ਦੀ ਜਿਹੜੀ ਫੋਟੋ ਜਾਂ ਮੂਰਤੀ ਹੈ ਉਹ ਵਾਲਾਂ ਵਾਲੀ ਲੱਗੀ ਹੋਈ ਹੈ, ਅਤੇ ਉਹਦੇ 'ਤੇ ਵੀ ਗਿਆਨ ਦਿਓ। ਅਤੇ ਅੱਜ ਮੈਂ ਇਸੇ ਕਰਕੇ ਇੱਥੇ ਜਿਹੜਾ ਆ ਨਤਮਸਤਕ ਹੋਇਆ ਵਾਂ, ਅਤੇ ਗਿਆਨ ਜਿਹੜਾ ਆ ਆਪਾਂ ਸਾਰੀ ਆਪਣੀ ਬਰਾਦਰੀ ਨੂੰ ਜਿਹੜਾ ਇਹ ਗੱਲ ਕਹਿ ਦੇਣੀ ਚਾਹੁੰਦੇ ਹਾਂ ਵੀ ਗੁਰੂ ਮਹਾਰਾਜ ਦੀ ਜਿਹੜੀ ਅਸਲ ਤਸਵੀਰ ਆ ਉਹ ਇਹ ਹੋਣੀ ਚਾਹੀਦੀ ਹੈ। ਅਤੇ ਜਿੱਥੋਂ ਮੇਰਾ ਆਈਡੀਆ ਆ ਹੈ ਵੀ ਇਹੀ, ਪਰ ਜਿਹੜੀ ਤੁਸੀਂ ਗੰਜੀ ਤਸਵੀਰ ਦੇਖ ਰਹੇ ਹੋ ਉਹ ਇੱਕ ਸਾਡਾ ਆਤਮਿਕ ਪਾਪ ਆ। ਸ਼ੋਭਾ ਨਹੀਂ ਦਿੰਦੀ ਗੰਜੀ ਫੋਟੋ, ਮਹਾਤਮਾ ਜਿੰਨੇ ਵੀ ਹੋਏ ਨੇ ਇਹ ਜੰਗਲਾਂ ਵਿੱਚ ਤਪੱਸਿਆ ਕਰਦੇ, ਇਹਨਾਂ ਦੇ ਵਾਲ ਤਾਂ ਵੈਸੇ ਕੇਸ ਬੜੇ ਬੜੇ ਹੁੰਦੇ ਨੇ, ਅਤੇ ਗੰਜਾ ਕਿਉਂ ਦਿਖਾਇਆ ਜਾਂਦਾ, ਇਹ ਤਾਂ ਬੇਇੱਜ਼ਤੀ ਕਰਨ ਵਾਲੀ ਗੱਲ ਹੈ। ਹਾਂਜੀ, ਬਾਕੀ ਇਹ ਆ ਕਿ ਇਹ ਪਾਲਕੀ ਅਸਾਂ ਇਸ ਵਾਰ ਲਗਾਈ ਆ, ਹੁਣ ਥੋੜ੍ਹੇ ਦਿਨ ਹੀ ਹੋਇਆ ਲਿਆਂਦੀ ਨੂੰ, ਕਿਉਂਕਿ ਇਹ ਫੋਟੋ ਮੇਜ਼ 'ਤੇ ਰੱਖੀ ਹੋਈ ਸੀ ਪਹਿਲੇ। ਅਸੀਂ ਥੋੜ੍ਹੇ ਗਰੀਬ ਇਨਸਾਨ ਹਾਂ, ਤਾਂ ਸਾਡੀ ਕੋਸ਼ਿਸ਼ ਇਹ ਹੋਈ ਤਾਂ ਵੱਧ ਤੋਂ ਵੱਧ ਇਹਨਾਂ ਦਾ ਇੱਜ਼ਤ ਮਾਨ ਕੀਤਾ ਜਾਵੇ। ਬਹੁਤ ਸੋਹਣੀ ਗੱਲ ਹੈ ਜੀ, ਤੁਸੀਂ ਦੇਖਦੇ ਪਏ ਮੇਰੇ ਨਾਲ ਤਸਵੀਰਾਂ ਪਿੰਡ ਸੋਲ ਤੋਂ ਗੁਰੂ ਨਾਭਾਦਾਸ ਜੀ ਦੀਆਂ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ, ਜਾਣਕਾਰੀ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਛੋਟੀਆਂ ਵੱਡੀਆਂ, ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ, ਤੁਹਾਡੇ ਕੋਲ ਕੀ ਸੁਝਾਓ ਨੇ, ਜਾਂ ਤੁਸੀਂ ਗੁਰੂ ਨਾਭਾਦਾਸ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜੋ ਅਸੀਂ ਅੱਜ ਡਿਸਕਸ ਕੀਤੀ ਹੈ ਵੀ ਗੁਰੂ ਮਹਾਰਾਜ ਸਿਰ ਤੋਂ ਗੰਜੇ ਹੋਣੇ ਜਾਂ ਵਾਲਾਂ ਵਾਲੇ ਹੋਣੇ, ਕਿਹੜੇ ਗੁਰੂ ਚਾਹੀਦੇ ਨੇ, ਕਿਸ ਤਰ੍ਹਾਂ ਦੀ ਉਹਨਾਂ ਦੀ ਅਸਲ ਮੂਰਤ ਆ, ਇਹਦੇ 'ਤੇ ਅਸੀਂ ਅਜੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜੋ ਸਾਨੂੰ ਇੱਥੋਂ ਗਿਆਨ ਮਿਲਿਆ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਆ, ਪਰ ਤੁਸੀਂ ਕਮੈਂਟ ਕਰਕੇ ਉਸ ਗਿਆਨ ਦੇ ਵਿੱਚ ਵਾਧਾ ਕਰ ਸਕਦੇ ਹੋ।
ਉਸ ਗਿਆਨ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹੋ ਵੀ ਅਸਲ ਦੇ ਵਿੱਚ ਗੁਰੂ ਮਹਾਰਾਜ ਦੀ ਅਸਲ ਤਸਵੀਰ ਕੀ ਹੈ। ਇਸ ਤਸਵੀਰ ਨੂੰ ਤੁਸੀਂ ਜ਼ਰੂਰ ਉਜਾਗਰ ਕਰੋ। ਮੈਂ ਫਿਰ ਤੋਂ ਤੁਹਾਡਾ ਆਪਣਾ ਧਰਮ ਜੀ ਡੀ ਪੀ ਡੀ ਪੀ ਸੀ ਪੰਜਾਬੀ, ਧੰਨਵਾਦ।